जसबीर सिंह जी। की नाम है जी तुहाडा? रणजीत सिंह नाम मेरा, जसबीर सिंह मेरे ब्रदर का नाम है। वह आर टी दे फौज के आर्मी के भर्ती हुआ, आर टी वो यूनिट ही। तो वो जी सुबह फोन आया वा सवेरे सवेर, उन्होंने सी ओ साहब ने फोन लाया वा भी उसकी मतलब चोट लगी है, मतलब जख्मी होया वा। तो बाद च मतलब फोन तो पता नहीं लगा, बाद च मुड़ के उन्होंने चिर पिछों दसिया भी डैथ हो चुकी है, मुकाबला है। ਕਿੰਨੀ ਦੇਰ ਤੋਂ ਭਰਤੀ ਸੀ ਉਹ? 7 ਸਾਲ ਤੋਂ ਹੈ ਜੀ। ਤੇ ਕਿਹੜੀ ਬਟਾ ਕਿਹੜੀ ਜਗ੍ਹਾ ਸੀ ਪੋਸਟ? ਉਹ ਸ਼੍ਰੀਨਗਰ ਹੀ ਗਈ। ਹਾਂਜੀ, ਜਦੋਂ ਇਨਫੋਰਮੇਸ਼ਨ ਕਿੰਨੇ ਵਜੇ ਆਈ, ਕਿਹੜਾ ਟਾਈਮ ਸੀ ਉਹ? ਸਵੇਰੇ ਸਵੇਰੇ ਉਹਨਾਂ ਨੇ ਫੋਨ ਲਾਇਆ ਜੀ, ਕਹਿੰਦੇ 6:30 ਵਜੇ ਤਕਰੀਬ। ਮੈਰਿਡ ਹੀ ਗਿਆ ਨਾ? ਅਨਮੈਰਿਡ ਹੀ। ਤੇ ਬਾਅਦ ਚੋਂ ਗੱਲਬਾਤ ਹੋਈ? ਬਾਅਦ ਚੋਂ ਕੋਈ ਗੱਲਬਾਤ ਨਹੀਂ। ਪਰਿਵਾਰ ਕੌਣ ਕੌਣ ਹੈ ਵੀਰ ਦੇ? ਪਰਿਵਾਰ 'ਚ ਮੈਂ ਹਾਂ ਅਤੇ ਮੇਰਾ ਡੈਡੀ ਆ, ਮੰਮੀ ਆ ਅਤੇ ਭੈਣ ਹੈ। ਹਾਂਜੀ। ਤੇ ਮੈਰਿਡ ਨਹੀਂ? ਨਹੀਂ ਮੈਰਿਡ ਨਹੀਂ। ਮੇਰਾ ਨਾਮ ਗੱਲਬਾਤ ਸੀ, ਫੋਨ ਆਇਆ ਜਸਬੀਰ ਸਿੰਘ ਨਾਂ ਦਾ। ਹਾਂਜੀ, ਉਹਦੇ ਸਿਰ 'ਤੇ ਅਸੀਂ ਦਿਨ ਕੱਟਣੇ। ਹਾਂਜੀ, ਉਹਦੇ ਸਿਰ 'ਤੇ ਹੀ ਦਿਨ ਕੱਟਦੇ ਹਾਂ ਜੀ। ਹਾਂਜੀ, ਗਰੀਬ ਬਿਲਕੁਲ ਮਤਲਬ ਹੈਗੇ ਹਾਂ ਪਰਿਵਾਰ। ਹਾਂਜੀ, ਹਾਂਜੀ, ਕਿਹੜੀ ਫੌਜ 'ਚ ਭਰਤੀ ਸੀ? ਆਰਮੀ ਜੀ। ਕਿੰਨੀ ਦੇਰ ਹੋ ਗਈ ਸਰਵਿਸ? ਆਰਮੀ ਉਹ 15 'ਚ ਮਤਲਬ ਭਰਤੀ ਹੋਇਆ। ਕੀ ਫੋਨ ਆਇਆ ਜੀ? 15 'ਚ ਭਰਤੀ ਹੋਇਆ। ਹਾਂਜੀ, ਕੀ ਫੋਨ ਆਇਆ, ਕੀ ਦੱਸਿਆ? ਫੋਨ ਮੇਰੇ ਕੋਲ ਮਤਲਬ ਜ਼ਿਆਦਾ ਸੁਣਿਆ ਨਹੀਂ ਜਾਂਦਾ। ਮੈਂ ਮਤਲਬ ਜਦ ਦਵਾਈ ਬੂਟੀ ਖਾਂਦਾ, ਮਤਲਬ ਥੜ ਗਿਆ ਵੀ ਡਟ ਕੇ ਮੁਕਾਬਲਾ ਆਇਆ ਵਾ, ਅਤੇ ਇਹਦੀ ਗਰਦਨ 'ਤੇ ਗੋਲੀ ਲੱਗ ਗਈ। ਹਾਂਜੀ, ਆ ਜਿਹੜੀ ਆ ਮਤਲਬ ਗੱਲ ਠੀਕ। ਹਾਂਜੀ, ਪੰਚਾਇਤ ਵੱਲੋਂ ਆ, ਸਾਡਾ ਪਿੰਡ ਵਹੀਂਪੁਈ ਆ ਜੀ, ਤਹਿਸੀਲ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਜੀ। ਇਹ ਜਿਹੜਾ ਸਾਡੇ ਪਿੰਡ ਦਾ ਸ਼ਹੀਦ ਹੋਇਆ ਜੀ, ਇਹਨਾਂ ਦਾ ਨਾਂ ਸਰਦਾਰ ਜਸਵੀਰ ਸਿੰਘ ਹੈ ਜੀ, ਪਿਤਾ ਦਾ ਨਾਂ ਸਰਦਾਰ ਗੁਰਭੇਜ ਸਿੰਘ ਹੈ ਜੀ। ਇਹ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਆ, 2-2.5 ਕਿੱਲੇ ਇਹਨਾਂ ਦੀ ਸਾਰੀ ਜ਼ਮੀਨ ਹੈ ਜੀ, ਗਰੀਬ ਪਰਿਵਾਰ ਹੈ। ਅਤੇ ਇਹ ਪਰਿਵਾਰ ਦੇ ਦੱਸਣ ਮੁਤਾਬਕ ਜੀ, ਅੱਜ ਹੀ ਇਹਨਾਂ ਨੇ ਦੱਸਿਆ ਵੀ ਸਾਨੂੰ ਸਵੇਰੇ ਕੋਈ 6:15 ਵਜੇ ਜੰਮੂ ਤੋਂ ਫੋਨ ਆਇਆ ਜੀ, ਆਰ ਟੀ ਆਈ ਕੋਈ ਯੂਨਿਟ ਹੈ ਜੀ ਜੰਮੂ 'ਚ, ਉੱਥੇ ਉਹਨਾਂ ਦੀ ਗਰਦਨ 'ਚ ਗੋਲੀ ਵੱਜੀ ਹੈ ਜੀ। ਅਤੇ ਉੱਥੇ ਇਹਨਾਂ ਦੇ ਪਰਿਵਾਰ ਦੇ ਦੱਸਣ ਮੁਤਾਬਕ ਉਹ ਅੱਜ ਸਾਡੇ ਪਿੰਡ ਦਾ ਦੂਸਰਾ ਸ਼ਹੀਦ ਹੋਇਆ ਜੀ। ਇਸ ਤੋਂ ਪਹਿਲਾਂ ਵੀ 2017 'ਚ ਸਾਡੇ ਪਿੰਡ ਦਾ ਸ਼ਹੀਦ ਹੋਇਆ ਸਰਦਾਰ ਪਰਮਜੀਤ ਸਿੰਘ ਜੀ। ਠੀਕ।